ਬੀਤੇ ਦਿਨੀਂ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਇੱਕ ਹਵਾਲਾਤੀ ਦੀ ਹੋਈ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਅਧਿਕਾਰੀਆਂ 'ਤੇ ਗੰਭੀਰ ਦੋਸ਼ ਲਾਏ ਹਨ। ਅਧਿਕਾਰੀਆਂ 'ਤੇ ਕਾਨੂੰਨੀ ਕਾਰਵਾਈ ਨੂੰ ਲੈ ਕੇ ਅੱਜ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਸਾਨ ਯੂਨੀਅਨ ਅਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਹੈ। ਮੇਰਾ ਨਾਂ ਜਸਵਿੰਦਰ ਕੌਰ, ਦੋ ਮੇਰੇ ਗੁੱਡੀਆਂ, ਇੱਕੋ ਹੀ ਬੱਚਾ ਸੀ ਮੇਰਾ। ਮੇਰੇ ਬੱਚੇ ਨੂੰ 14 ਮਹੀਨੇ ਹੋ ਗਏ ਬਿਨ ਹੱਕਾਂ ਕੇਸ ਪਾ ਕੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ। ਮੁੜ ਕੇ ਮੇਰੀ ਕੋਈ ਅਰਜ਼ੀ ਬੇਨਤੀ ਨਹੀਂ ਸੁਣੀ ਗਈ। ਬਹੁਤ ਜੇਲ੍ਹ 'ਚ ਜੀ ਚੰਗੇ ਪਰ ਵਧੀਆ ਠੀਕ ਠਾਕ ਸਾਡੀਆਂ। ਉਦੋਂ ਬਾਅਦ ਅਸੀਂ ਸ਼ੁੱਕਰਵਾਰ ਨੂੰ ਸਾਨੂੰ ਫੋਨ ਆਇਆ ਵੀ ਬੱਚਾ ਢਿੱਲਾ ਗਾ। ਅਸੀਂ ਦਿਨ ਚੜ੍ਹਦੇ ਨੂੰ ਸ਼ਨੀਵਾਰ ਨੂੰ ਗਏ ਹਾਂ। ਸ਼ਨੀਵਾਰ ਨੂੰ ਅਸੀਂ ਬਹੁਤ ਹੀ ਰੌਲਾ ਪਾਇਆ ਵੀ ਸਾਨੂੰ ਸਾਡਾ ਬੱਚਾ ਦਿਖਾ ਦਿਓ। ਸਾਡੀ ਗੱਲ ਨਹੀਂ ਸੁਣੀ, ਸਾਡਾ ਬੱਚਾ ਨਹੀਂ ਦਿਖਾਇਆ ਉਹਨਾਂ ਨੇ। ਕਹਿੰਦੇ ਸੋਮਵਾਰ ਤੋਂ ਬਿਨਾਂ ਅਸੀਂ ਤੁਹਾਨੂੰ ਬੱਚਾ ਨਹੀਂ ਦਿਖਾਉਂਦੇ। ਅਸੀਂ ਸੋਮਵਾਰ ਨੂੰ ਗਏ ਹਾਂ, ਸੋਮਵਾਰ ਨੂੰ ਮੈਂ ਵੇਖ ਕੇ ਬੱਚੇ ਨੂੰ ਟੱਕਰਾਂ ਮਾਰਨ ਲੱਗ ਗਈ। ਪੁਲਿਸ ਵਾਲਿਆਂ ਦੇ ਬੀਬੀ ਕੀ ਗੱਲ ਆ, ਮੈਂ ਕਿਹਾ ਮੇਰਾ ਬੱਚਾ ਕਈ ਖਾ ਲਿਆ, ਮੈਂ ਕੀ ਗੱਲ ਹੋ ਗਈ। ਬਹੁਤ ਹੀ ਮਹਿਰੌਲਾ ਪਾਇਆ ਮੇਰਾ ਬੱਚੇ ਨੂੰ। ਅਸੀਂ 10 ਵਜੇ ਨੂੰ ਕਹਿ ਕੇ ਅਤੇ ਮੇਰਾ ਬੱਚਾ ਸਾਡਾ 3:30 ਵਜੇ ਲੈ ਕੇ ਆਏ ਜੀ। ਮੇਰਾ ਬੱਚਾ ਬੱਸ ਜਾਂਦਾ ਜੀ, ਮੇਰੇ ਬੱਚੇ ਦੀ ਕੋਸ਼ਟ ਕਰਦੇ, ਮੇਰੀਆਂ ਕੁੜੀਆਂ 2 ਗੁੱਡੀਆਂ ਮੈਂ। ਸਜ਼ਾ ਦਿੱਤੀ ਜਾਵੇ ਉਹਨਾਂ ਨੂੰ, ਡਾਕਟਰ ਨੂੰ ਕੋਈ ਗੌਰ ਨਹੀਂ ਕਰੀ ਜੀ ਮੇਰੀ, ਕੋਈ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਗੀ, ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸਾਡੇ ਨਾਲ ਜੀ ਬੇਟਾ ਸੀਗਾ ਜੇਲ੍ਹ ਦੇ ਵਿੱਚ 14 ਮਹੀਨਿਆਂ ਤੋਂ, ਅਤੇ ਬੇਟੇ ਨੇ ਆਪਣਾ ਸ਼ੁੱਕਰਵਾਰ ਨੂੰ ਸਾਨੂੰ ਫੋਨ ਕਰਿਆ ਸ਼ਾਮ ਨੂੰ 5 ਵਜੇ ਜੀ, ਵੀ ਐਂ ਕਰਕੇ ਵੀ ਡੈਡੀ ਮੈਨੂੰ ਬੁਖਾਰ ਦਿੰਦੇ ਹੋ ਗਿਆ ਸੀਗਾ ਵੀ ਤੁਸੀਂ ਆ ਜਾਓ। ਅਸੀਂ ਸ਼ਨੀਵਾਰ ਨੂੰ ਤੜਕੇ ਸੁਬਾਹ ਚੱਲੇ ਗਏ, 8 ਵਜੇ ਪਹੁੰਚ ਗਏ ਉੱਥੇ। ਜਦੋਂ ਅੰਦਰ ਗਏ ਤਾਂ ਸਾਨੂੰ ਅਸੀਂ ਆਖਿਆ ਵੀ ਸਾਡਾ ਬੇਟਾ ਢਿੱਲਾ ਜਾ ਰਿਹਾ, ਤੁਸੀਂ ਉਹਨੂੰ ਬਾਹਰ ਸਰਕਾਰੀ ਹਸਪਤਾਲ ਜਾਂ ਕਿਤੇ ਵੀ ਲੈ ਕੇ ਚੱਲ ਗਏ, ਅਤੇ ਸਾਨੂੰ ਨਾਲ ਉਹ ਨਹੀਂ ਲੈ ਕੇ ਤੁਰੇ। ਸਾਨੂੰ ਤੁਹਾਡੀ ਅੱਜ ਮੁਲਾਕਾਤ ਨਹੀਂ ਹੁੰਦੀ, ਬੱਚਾ ਵਿਖਾ ਦਿਓ ਨਾ, ਬੱਚਾ ਵਿਖਾਇਆ ਅਤੇ ਮੁਲਾਕਾਤ ਨਹੀਂ ਕਰਨ ਦਿੱਤੀ। ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਜੇ ਬਾਹਰ ਕੱਢਿਆ, ਸਾਨੂੰ ਧੱਕੇ ਦੇ ਕੇ ਬਾਹਰ ਕੱਢਤਾ ਜੀ। ਅਸੀਂ ਕੱਲ੍ਹ ਨੂੰ ਨਾ ਆਇਓ, ਐਤਵਾਰ ਹੈ, ਸ਼ਨੀ ਸੋਮਵਾਰ ਦੀ ਤੁਹਾਡੀ ਬਣਦੀ ਹੈ, ਸੋਮਵਾਰ ਨੂੰ ਆਇਓ। ਅਸੀਂ ਉੱਥੇ 8 ਵਜੇ ਸੋਮਵਾਰ ਨੂੰ ਪਹੁੰਚ ਗਏ, 10 ਵਜੇ ਅਸੀਂ ਅੰਦਰ ਮੁਲਾਕਾਤ ਲਿਖਾ ਕੇ ਅੰਦਰ ਚਲੇ ਗਏ। ਉਸ ਤੋਂ ਬਾਅਦ ਉੱਥੋਂ ਰੇਹੜੀ 'ਤੇ ਪਾ ਕੇ ਲਿਆਂਦਾ ਜੀ ਬੱਚੇ ਨੂੰ, ਸਾਡੇ ਨੂੰ। ਅਸੀਂ ਵੇਖ ਕੇ ਹਾਂਜੀ, ਅੱਗੇ ਬਹੁਤ ਹੀ ਬੁਰਾ ਹਾਲ ਸੀਗਾ, ਬੱਚਾ ਵੇਖਿਆ ਨਹੀਂ ਜੇ ਸਾਥੋਂ, ਅਸੀਂ ਜੰਗਲਾਂ ਟੱਕਰਾਂ ਮਾਰਨ ਲੱਗ ਗਏ, ਲੋਕ ਸਾਡੇ ਨਾਲ ਜੁੜੇ। ਉਸ ਤੋਂ ਬਾਅਦ ਜੇ ਅਸੀਂ ਬਾਹਰ ਆਏ ਤਾਂ ਅਨ ਮੁੰਡੇ ਨੇ ਆਵਾਜ਼ ਦਿੱਤੀ, ਹੱਥ ਮਾਰਿਆ ਵੀ ਤੂੰ ਬਾਹਰ ਨਿਕਲ ਜੇ, ਬੋਲਿਆ ਨਹੀਂ ਗਿਆ ਤੋਂ ਹੱਥ ਦੇ ਕੇ ਸਾਨੂੰ ਬਾਹਰ ਕੱਢਤਾ, ਕਹਿੰਦਾ ਬਾਹਰ ਆ ਜਾਓ, ਬਾਹਰ ਲੈ ਜਾਓ ਮੈਨੂੰ ਆਉਂਦਾ। ਮੁੜ ਕੇ ਆਏ ਮੁਲਾਜ਼ਮ, ਉਹਨਾਂ ਨੂੰ ਅਸੀਂ ਆਖਿਆ ਵੀ ਸਾਡੀ ਬੇਨਤੀ ਹੈ ਤੁਸੀਂ ਲੈ ਕੇ ਚਲੋ ਹਸਪਤਾਲ। ਉਹ ਕਹਿੰਦੇ ਵੀ ਅਸੀਂ ਲੈ ਕੇ ਆਉਂਦੇ, ਤੁਸੀਂ ਚਲੋ ਮੰਗ ਐਂਬੂਲੈਂਸ ਆਉਂਦੀ ਆ, ਅਸੀਂ ਸਾਡੇ ਕੋਲ ਕਾਰ ਹੈਗੀ ਵੀ ਉਹਦੇ ਲੈ ਚੱਲਦੇ ਹਾਂ। ਉਹ ਕਾਰ ਦੇ ਵਿੱਚ ਵੀ ਨਹੀਂ ਲਗੇ, ਉਹ ਕਹਿੰਦੇ ਸਾਡੀ ਆਪਦੀ ਗੱਡੀ ਆਊਗੀ ਉਹ 'ਤੇ ਲਿਆਵਾਂਗੇ। ਉਹਨਾਂ ਨੇ ਸਾਨੂੰ ਅਸੀਂ ਤਾਂ 11 ਵਜੇ ਹਸਪਤਾਲ ਪਹੁੰਚ ਗਏ ਬਠਿੰਡੇ ਵਿੱਚ। ਉਹ ਸਾਨੂੰ 3:30 ਵਜੇ ਬੱਚੇ ਨੂੰ ਲੈ ਗਏ, 3:30 ਦਾ ਟਾਈਮ ਸੀਗਾ ਜਦੋਂ ਅਸੀਂ ਉਹ ਹਸਪਤਾਲ ਦੇ ਵਿੱਚ ਸ਼ਾਮ ਨੂੰ ਪਹੁੰਚੇ ਜੀ। ਹਾਂਜੀ, ਸਰਕਾਰੀ ਹਸਪਤਾਲ ਵਿੱਚ। ਹਾਂਜੀ, ਫਿਰ ਕੀ ਹੋਣਾ, ਬੱਚਾ ਇੱਕ ਰਾਤ ਦਾਖਲ ਰੱਖਿਆ, ਮੁੜ ਕੇ ਅਗਲੇ ਦਿਨ ਅਸੀਂ ਜਦੋਂ ਦਾਖਲ ਤੋਂ ਬਾਅਦ ਜ਼ਿਆਦਾ 3-4 ਵਜੇ ਢਿੱਲਾ ਹੋ ਗਿਆ, 3-4 ਵਜੇ ਤੜਕੇ ਰੌਲਾ ਪਾਇਆ, ਡਾਕਟਰ ਆਏ। ਫਿਰ 9 ਵਜੇ ਸਾਨੂੰ ਇੱਥੋਂ ਫਰੀਦਕੋਟ ਨੂੰ ਕਹਿੰਦੇ ਵੀ ਲੈ ਜਾਓ, ਫਿਰ ਡਾਕਟਰ ਕਹਿੰਦੇ ਵੀ ਤੁਸੀਂ ਫਰੀਦਕੋਟ ਨਹੀਂ, ਤੁਸੀਂ ਇੱਥੇ ਪ੍ਰਾਈਵੇਟ ਦਾਖਲ ਕਰ ਲਓ ਜਾਂ ਮੈਨੇ ਐਂਬੂਲੈਂਸ ਆ ਜੂਗੀ। ਐਂਬੂਲੈਂਸ ਨੂੰ ਤੜਕੇ 5 ਵਜੇ ਦੇ ਫੋਨ ਲਾਉਣ ਲੱਗੇ ਸੀ, ਐਂਬੂਲੈਂਸ ਉਹਨੇ 9 ਵਜੇ ਤੱਕ ਕੋਈ ਆਈ ਨਹੀਂ। ਫਿਰ 10 ਵਜੇ ਅਸੀਂ ਡੀਕ ਹਸਪਤਾਲ ਦੇ ਵਿੱਚੋਂ
ਲੈ ਕੇ ਗਏ ਜੀ, ਪ੍ਰਾਈਵੇਟ ਦਾਖਲ ਕਰਿਆ। ਸਾਡੇ ਕੋਲ ਹਾਲੇ ਤੱਕ ਵੀ ਕੋਈ ਬੰਦਾ ਜੇਲ੍ਹ 'ਚੋਂ ਨਹੀਂ ਪਹੁੰਚਿਆ ਜੀ। ਪਿਛਲੇ ਦਿਨੀ 22-23 ਅਕਤੂਬਰ ਦੀ ਰਾਤ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਬਿੰਦਰ ਸਿੰਘ ਉਰਫ ਚਮਕੌਰ ਜੰਡੀਆਂ ਪਿੰਡ ਤੋਂ ਬੰਦ ਸੀਗਾ। ਇੱਥੋਂ ਦੇ ਜੇਲ੍ਹ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਉਸਦੀ ਮੌਤ ਹੋਈ ਹੈਗੀ। ਅਸੀਂ ਅੱਜ ਦਾ ਧਰਨਾ ਜੋ ਇਹ ਲਾਇਆ ਹੈਗਾ ਉਹ ਇਸ ਗੱਲ ਦੇ ਲਈ ਹੈ, ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ, ਜੇਲ੍ਹ ਡਿਪਟੀ ਦਰਸ਼ਨ ਸਿੰਘ ਅਤੇ ਜੇਲ੍ਹ ਦੇ ਡਾਕਟਰ ਸਮਿਥ, ਉਹਨਾਂ ਉੱਪਰ ਇਹ ਕਾਰਵਾਈ ਕੀਤੀ ਜਾਵੇ, ਕਿਉਂਕਿ ਮੌਤ ਦਾ ਕਾਰਨ ਸਿਰਫ ਬਿਮਾਰੀ ਨਹੀਂ। ਅਸੀਂ 18 ਤਰੀਕ ਨੂੰ ਬਿੰਦਰ ਸਿੰਘ ਦੇ ਮਾਪਿਆਂ ਵੱਲੋਂ ਜੇਲ੍ਹ ਅਧਿਕਾਰੀਆਂ ਦੇ ਧਿਆਨ 'ਚ ਇਹ ਗੱਲਬਾਤ ਲਿਆਤੀ ਸੀ ਵੀ ਸਾਡਾ ਬੱਚਾ ਬਹੁਤ ਜ਼ਿਆਦਾ ਬਿਮਾਰ ਹੈ, ਉਹਨਾਂ ਦਾ ਇਲਾਜ ਕਰਵਾਇਆ ਜਾਵੇ। ਪਰ ਇਹ ਸਾਰੀ ਗੱਲ ਨੂੰ ਜਾਣਦੇ ਬੁੱਝਦੇ ਹੋਏ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ ਗਾ। ਅਤੇ ਉਸ ਤੋਂ ਬਾਅਦ 21 ਤਰੀਕ ਨੂੰ ਉਹਨਾਂ ਦੇ ਵਾਰ-ਵਾਰ ਕਹਿਣ 'ਤੇ ਵੀ 3:30 ਵਜੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਗਾ। ਉਸ ਤੋਂ ਬਾਅਦ ਫਰੀਦਕੋਟ ਉਹਨਾਂ ਰੈਫਰ ਕਰਨ ਦੇ ਲਈ ਕਿਹਾ ਗਿਆ ਗਾ, ਜਿਸ ਤੋਂ ਬਾਅਦ ਕਿ ਉਹਨਾਂ ਦੀ ਮੌਤ ਹੋਈ ਹੈ। ਇਸ ਲਈ ਅਸੀਂ ਬਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਦਾ ਇਹ ਧਰਨਾ ਲਾਇਆ ਗਾ।